ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਤਰਨ ਤਾਰਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਪੱਟੀ ਦੇ ਪਿੰਡ ਨੱਥੂਚੱਕ 'ਚ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਪਿੰਡਾਂ 'ਚ 5-5 ਮਰਲੇ ਦੇ ਪਲਾਟ ਦੇਣ ਦੀ ਸਰਕਾਰੀ ਸਕੀਮ ਦੀ ਪੜਤਾਲ ਦੇ ਚੱਲਦਿਆਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਰਾਕੇਸ਼ ਕੁਮਾਰ ADC ਵਿਕਾਸ ਨੂੰ ਨਿੰਦਣਯੋਗ ਸ਼ਬਦਾਵਲੀ ਵਰਤੀ ਗਈ, ਜਿਸ ਦੇ ਸੰਬੰਧ 'ਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਹਾ ਹੈ। ਧਰਨਾ ਲਾਇਆ ਕੱਲ ਸਾਡੇ ਮਾਨਯੋਗ ADC ਸਾਹਿਬ ਦੇ ਖਿਲਾਫ਼ ਕੁਛ MLA ਪੱਟੀ ਵੱਲੋਂ ਅਪਸ਼ਬਦ ਬੋਲੇ ਗਏ ਜਿਹੜੇ ਕਿ ਬੜੇ ਨਿੰਦਣੀ ਹੈ, ਇਸ ਕਰਕੇ ਅਸੀਂ ਉਸ ਰੋਸ ਵਜੋਂ ਬੈਠੇ ਹਾਂ। ਕੀ ਮੰਗ ਹੈਗੀ ਤੁਹਾਡੀ? ਸਾਡੀ ਮੰਗ ਇਹੋ ਹੀ ਹੈ ਕਿ ਉਹ ਇਸ ਗੱਲ ਨੂੰ ਮੰਨਦੇ ਹੋਏ ਅਤੇ ਸੌਰੀ ਫੀਲ ਕਰਨ, ਮਾਫ਼ੀ ਮੰਗਣ। ਉਹਨਾਂ ਚਿਰ ਤੱਕ ਸਾਡਾ ਧਰਨਾ ਜਾਰੀ ਰਹੇਗਾ। ਮਸਲਾ ਇਹ ਵੀ ਸਾਡੇ ਮਾਨਯੋਗ ADC ਸਾਹਿਬ ਨੂੰ ਹਲਕਾ ਵਿਧਾਇਕ ਪੱਟੀ ਵੱਲੋਂ ਕੱਲ੍ਹ ਅਪਸ਼ਬਦ ਕਹਿ ਗਏ ਨੇ, ਜਿਨ੍ਹਾਂ ਦਾ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਅਤੇ ਸਾਨੂੰ ਸਾਰਿਆਂ ਨੂੰ ਉਹਦੇ ਨਾਲ ਬਹੁਤ ਜ਼ਿਆਦਾ ਮਹਿਸੂਸ ਹੋਇਆ ਕਿ ਪੋਲੀਟੀਕਲ ਲੋਕ ਕਦੋਂ ਮਰਜ਼ੀ ਸਾਡੇ ਅਫੀਸਰ ਸਾਹਿਬਾਨ ਨਾਲ ਇਸ ਤਰ੍ਹਾਂ ਅਪਸ਼ਬਦ ਬੋਲਦੇ ਨੇ। ਅਸੀਂ ਇਸ ਪ੍ਰੋਟੈਸਟ ਵਜੋਂ ਅੱਜ ਇੱਥੇ ਬੈਠੇ ਹਾਂ ਅਤੇ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਚ ਕਰਮਚਾਰੀ ਮੰਗ ਕਰ ਰਹੇ ਸਨ ਕਿ ਸਾਡਾ ਧਰਨਾ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਵਿਧਾਇਕ ਮਾਫ਼ੀ ਨਹੀਂ ਮੰਗਦਾ, ਅਤੇ ਅਸੀਂ ਦਫ਼ਤਰਾਂ 'ਚ ਰੋਜ਼ਾਨਾ ਆਵਾਂਗੇ ਪਰ ਕੋਈ ਕੰਮ ਨਹੀਂ ਕਰਾਂਗੇ। ਮਿਲਾਪ ਨਿਊਜ਼, ਤਰਨ ਤਾਰਨ।